ਇਹ ਤਸਵੀਰਾਂ ਹਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਡ ਅੰਮ੍ਰਿਤਸਰ ਦੀਆਂ ਯਾਤਰੀਆਂ ਦਾ ਕਵਾਂਗੇ ਹਾਰਡ ਜਾਂ ਵੱਡੀ ਗਿਣਤੀ ਯਾਤਰੀਆਂ ਦਾ ਹਿਊਜ ਰਸ਼ ਬਹੁਤ ਰਸ਼ ਜਿਹੜਾ ਹੈ ਉਹ ਅੰਮ੍ਰਿਤਸਰ ਵਾਇਅਡੇ ਤੇ ਫਿਰ ਤੋਂ ਹੋਇਆ ਹੈ ਹੁਣ ਕਿਸਾਨ ਅੰਦੋਲਨ ਕਰਕੇ ਪ੍ਰੋਟੈਸਟ ਕਰਕੇ ਜਿਹੜਾ ਹੈ ਉਹ ਸੜਕੀ ਆਵਾਜਾਈ ਤੇ ਵਿਗੜ ਪੈ ਰਿਹਾ ਹੈ ਜਿਸ ਕਰਕੇ ਅੰਮ੍ਰਿਤਸਰ ਦਿੱਲੀ ਵਿੱਚਕਾਰ ਅੰਮ੍ਰਿਤਸਰ ਮੁੰਬਈ ਵਿੱਚਕਾਰ ਤੇ ਹੋਰ ਨਾ ਸਾਰੀਆਂ ਫਲਾਈਟਾਂ ਤੇ ਜਿਹੜਾ ਹੈ ਉਹ ਗਿਣਤੀ ਬਹੁਤ ਵਧੀ ਹੈ ਅੰਮ੍ਰਿਤਸਰ ਨੇ ਆਲਰੇਡੀ 2000 ਤਈ ਵਿੱਚ ਵੱਡੀ ਗਿਣਤੀ ਰੋਜ਼ਾਨਾ 10000 ਦਸੰਬਰ ਵਿੱਚ ਯਾਤਰੀ ਅੰਮ੍ਰਿਤਸਰ ਵਾਈਡ ਤੋਂ ਜਾ ਰਹੇ ਹਸਨ ਪਰ ਹੁਣੇ ਤਸਵੀਰਾਂ ਜਿਹੜੇ ਵੀਡੀਓ ਨੇ ਇਹ ਹਨ ਐਂਟਰੀ ਦੀਆਂ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਨੂੰ ਸਾਡੇ ਫ্লাই ਅੰਮ੍ਰਿਤਸਰ ਨਾਲ ਜੁੜੇ ਕਿਸੇ ਸੱਜਣ ਨੇ ਜਿਨ੍ਹਾਂ ਨੇ ਇਟਲੀ ਦੀ ਫਲਾਈਟ ਲੈਣੀ ਸੀ ਮਿਲਾਨ ਦੀ ਉਹਨਾਂ ਨੇ ਭੇਜੀਆਂ ਹਨ ਵੀਡੀਓ ਸ਼ੁੱਕਰਵਾਰ ਰਾਤ ਦੀਆਂ ਵੀਡੀਓ ਹਨ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਤਕਰੀਬਨ 8 ਵਜੇ ਉੱਥੇ ਪਹੁੰਚੇ ਸਨ ਤੇ ਉਹਨਾਂ ਨੂੰ ਤਕਰੀਬਨ 1 ਘੰਟਾ ਮੇਨ ਗੇਟ ਤੋਂ ਅੰਦਰ ਜਾਣ ਚ ਲੱਗਾ ਹੈ ਇੱਕ ਘੰਟਾ ਫਿਰ ਅੰਦਰ ਜਾ ਕੇ ਜਿਹੜੀ ਲਾਈਨ ਤੁਸੀਂ ਦੇਖ ਸਕਦੇ ਹੋ ਉਹ ਫਿਰ ਚੈੱਕ ਇਨ ਲਾਈਨ ਹੈ ਖਾਸ ਕਰਕੇ ਜਦੋਂ ਅੰਦਰ ਵੜਦੇ ਹਾਂ ਤੇ ਪਹਿਲਾਂ ਜਿਹੜਾ ਤੁਹਾਡਾ ਲੱਗੇਜ ਹੈ ਉਹ ਪਹਿਲਾਂ ਸਕ੍ਰੀਨ ਹੁੰਦਾ ਹੈ ਸੋ ਇਹ ਜਿਹੜਾ ਹੱਲੇ ਬਾਹਰੇ ਸਕ੍ਰੀਨ ਹੁੰਦਾ ਉਸ ਤੋਂ ਬਾਅਦ ਉੱਥੇ ਇਨ ਲਾਈਨ ਬੈਗੇਜ ਸਿਸਟਮ ਜਿਹੜਾ ਹੈ ਉਹ ਸਕੈਨਿੰਗ ਲੱਗ ਰਿਹਾ ਹੈ ਪਰ ਉਸ ਤੋਂ ਬਾਅਦ ਤਸਵੀਰਾਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਨੀਓਸ ਫਲਾਈਟ ਜਿਹੜੀ ਮਿਲਾਨ ਲਈ ਹੈ ਉਹਦੇ ਲਈ ਤੇ ਹੋਰ ਜਿਹੜੀਆਂ 에ਅਰਲਾਈਨਸ ਦੇ ਫਲਾਈਟਾਂ ਲਈ ਲਾਈਨ ਜਿਹੜੀ ਲੱਗੀ ਹੋਈ ਹੈ ਪੀਕ ਟਾਈਮ ਹੈ ਸ਼ਾਮ ਦਾ ਸੋ ਇਹ ਜਿਹੜੀਆਂ ਲਾਈਨਾਂ ਨੇ ਉਸ ਤੋਂ ਬਾਅਦ ਚੈੱਕ ਇਨ ਕਰਾ ਕੇ ਫਿਰ ਇਮੀਗ੍ਰੇਸ਼ਨ ਕਰवानी ਹੁੰਦੀ ਹੈ ਸੋ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਬੇਨਤੀ ਹੈ 3 ਤੋਂ 4 ਘੰਟੇ 4 ਘੰਟੇ 3 ਤੋਂ 4 ਘੰਟੇ ਪਹਿਲਾਂ ਜ਼ਰੂਰ ਹਵਾਈ ਅੜੇ ਤੇ ਪਹੁੰਚੋ 4 ਘੰਟੇ ਕਵਾਂਗੇ ਇਹਨਾਂ ਨੂੰ 8 ਵਜੇ ਲਾਈਨ 'ਚ ਲੱਗੇ ਸਨ 1 ਘੰਟਾ ਲੱਗਾ ਹੈ ਜਿਨ੍ਹਾਂ ਨੇ ਸਾਨੂੰ ਇਹ ਵੀਡੀਓ ਭੇਜੀਆਂ ਨੇ ਅੰਦਰ ਜਾਣ ਲਈ ਉਸ ਤੋਂ ਬਾਅਦ ਫਿਰ ਲਾਈਨ ਵਿੱਚ ਲਾ ਕੇ ਚੈੱਕ ਇਨ ਕਰਕੇ ਇਮੀਗ੍ਰੇਸ਼ਨ ਕਰਾ ਕੇ ਉਹਨਾਂ ਨੂੰ ਤਕਰੀਬਨ 11 ਵਜੇ ਆਪਣੇ ਗੇਟ ਤੇ ਪਹੁੰਚੇ ਹਨ ਸੋ 3 ਘੰਟੇ ਦਾ ਸਮਾਂ ਜੜਾ ਕੀ ਹੈ 에어ਲਾਈਨਸ ਵੈਸੇ ਵੀ ਕਹਿੰਦੀਆਂ ਨੇ ਕਿ ਤੁਸੀਂ ਅੰਤਰਰਾਸ਼ਟਰੀ ਲੌੜਾਂ ਲੈ ਲਈ 3 ਤੋਂ 4 ਘੰਟੇ ਜੇਕਰ ਤੁਸੀਂ 7 ਘੰਟੇ ਪਹਿਲਾਂ ਆ ਜਾਂਦੇ ਨੇ ਜੋ ਸੀਐਸਐਫ ਵਾਲੇ ਕਰਦੇ ਨੇ ਸਿਰਫ ਅੰਮ੍ਰਿਤਸਰ ਨਹੀਂ ਹੋਰਨਾ 에어ਪੋਰਟ ਤੇ ਦਿੱਲੀ ਵੀ 4 ਤੋਂ 5 ਘੰਟੇ ਤੋਂ ਪਹਿਲਾਂ ਉਹ ਅੰਦਰ ਨਹੀਂ ਜਾਣ ਦਿੰਦੇ ਜੋ ਅਫੀਸ਼ੀਅਲ ਟਾਈਮਿੰਗ ਟਾਈਮ ਹੈ ਉਹ ਸਾਨੂੰ ਪਤਾ ਨਹੀਂ ਹੈ ਪਰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅਸੀਂ ਇਹ ਬੇਨਤੀ ਜਿਹੜੀ ਹੈ ਫਿਰ ਤੋਂ ਅਪੀਲ ਜਿਹੜੀ ਹੈ 에어ਪੋਰਟ ਅਥਾਰਟੀ ਨੂੰ ਭੇਜੀ ਹੈ ਕਿ ਇੱਕ ਦੂਜਾ ਗੇਟ ਵੀ ਖੋਲਿਆ ਜਾਵੇ ਸੋ ਉਹਨਾਂ ਨੂੰ ਸੀਐਸਐਫ ਵਾਲਿਆਂ ਨੂੰ ਵੀ ਅਸੀਂ ਟਵਿੱਟਰ ਰਾਹੀਂ ਵੀ ਤੇ ਨਾਲ ਹੀ ਅਸੀਂ ਮਿਨਿਸਟਰੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਅੰਮ੍ਰਿਤਸਰ ਹਵਾਈ ਅੱਡੇ ਤੇ ਜਿਹੜਾ ਰਿਸੋਰਸਸ ਨੇ ਵਧਾਏ ਜਾਣ ਤਾਂ ਜੋ ਇਹ ਜਿਹੜੀ ਗਿਣਤੀ ਵਧੀ ਹੈ ਪਰ ਇਸ ਤੋਂ ਵਿਵਧੀ ਹੈ ਉਹ ਉਸ ਨੂੰ ਜਿਹੜਾ ਹੈ ਪੈਸੈਂਜਰਸ ਕਨਵੀਨੀਅੰਸ ਲਈ ਉਹ ਫਿਰ ਤੋਂ ਠੀਕ ਕੀਤਾ ਜਾਵੇ ਜੋ ਕਿ ਕੁਝ ਵੀਡੀਓ ਇੱਕ ਵੀਡੀਓ ਬਹੁਤ ਫਿਰ ਤੋਂ ਵਾਇਰਲ ਕੀਤੀ ਜਾ ਰਹੀ ਮੈਂ ਕਵਾਂਗਾ ਨੈਗੇਟਿਵ ਵੀਡੀਓ ਬਦਨਾਮ ਕਰਨ ਦੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਕੀਤੇ ਜਾਂਦੇ ਨੇ ਅਸੀਂ ਕੋਈ 에어ਪੋਰਟ ਦੇ ਅਧਿਕਾਰੀ ਨਹੀਂ ਨਾ 에어ਲਾਈਨ ਦੇ ਨਾ ਕੋਈ ਟ੍ਰੈਵਲ ਏਜੰਸੀ ਫਲਾਈ ਅੰਮ੍ਰਿਤਸਰ ਐਜ਼ ਅ ਵੋਲੰਟੀਅਰ ਐਫਰਟ ਹੈ ਪਰ ਇੱਕ ਵੀਡੀਓ ਕਿ ਆ ਗਿਆ ਕਿ 7 ਘੰਟੇ ਲੱਗ ਰਹੇ ਨੇ 7 ਤੋਂ 8 ਘੰਟੇ ਜਿਹੜੇ ਯਾਤਰੀ ਜੋ ਸਾਨੂੰ ਜਾਣਕਾਰੀ ਮਿਲੀ ਹੈ ਉਹਨਾਂ ਨੂੰ 1 ਘੰਟਾ ਲੱਗਾ ਹੈ ਪੀਕ ਟਾਈਮ ਸ਼ਾਮ ਵੇਲੇ ਅੰਦਰ ਜਾਣ ਲਈ ਅਸੀਂ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਆਓ ਅਸੀਂ 네ਗੇਟਿਵ ਜਿਹੜੀਆਂ ਗੱਲਾਂ ਨੇ ਉਹ ਨਾ ਜ਼ਿਆਦਾ ਫਲਾਈਏ ਜੇਕਰ ਕੋਈ ਖੱਜਲ ਖਵਾਰੀ ਕੋਈ 네ਗੇਟਿਵ ਕੋਈ ਗਲਤ ਚੀਜ਼ ਹੋ ਰਹੀ ਹੈ ਉਸ ਨੂੰ ਸਿਸਟਮੈਟਿਕal ਤਰੀਕੇ ਨਾਲ ਅਸੀਂ ਉਸ ਨੂੰ ਸੋਲਵ ਕਰੀਏ ਪਰ ਇਹ ਵੀਡੀਓ ਜਿਹੜੇ ਤੁਸੀਂ ਦੇਖ ਰਹੇ ਹੋ ਜ਼ਰੂਰ ਜੜੇ ਕੀ ਪੰਜਾਬ ਤੋਂ ਜੜੇ ਕੀ ਬਹੁਤ ਲੁਧਿਆਣਾ ਖਾਸ ਕਰਕੇ ਦੂਜੇ ਪਾਸੇ ਯਾਤਰੀ ਕਾਫੀ ਲੋਕ ਜੜੇ ਕੀ ਸੜਕੀ ਆਵਾਜਾਈ ਰਹੀਂ ਦਿੱਲੀ ਨੂੰ ਜਾਂਦੇ ਹਨ ਜਾਂ ਕੁਝ ਕਿਰਾਇਆ ਬਚਾਣ ਲਈ ਜਾਂ ਕਿਸ ਤਰ੍ਹਾਂ ਵੀ ਹੁਣ ਸਾਰੇ ਫੇਰੋ ਅੰਮ੍ਰਿਤਸਰ ਵੱਲੋਂ ਮੁੜੇ ਨੇ ਤਾਂ ਜੋ ਅੰਮ੍ਰਿਤਸਰ ਤੋਂ ਦਿੱਲੀ ਫਲਾਈਟ ਲੈ ਸਕਣ ਪਰ ਦਿੱਲੀ ਫਲਾਈਟ ਲਈ ਵੀ ਅਸੀਂ 에어 ਇੰਡੀਆ ਨੂੰ ਇੰਡੀਗੋ ਨੂੰ 에어 ਇੰਡੀਆ ਨੂੰ ਖਾਸ ਕਰਕੇ ਅਸੀਂ ਲਿਖਿਆ ਸੀ ਟਵੀਟ ਰਾਈ ਬੇਨਤੀ ਕੀਤੀ ਹੈ ਕਿ ਇਥੋਂ ਕਪੈਸਿਟੀ ਵਧਾਈ ਜਾਵੇ 에어 ਇੰਡੀਆ ਨੇ ਕੁਝ ਐਡੀਸ਼ਨਲ ਫਲਾਈਟ ਲਾਈਆਂ ਸਨ ਹਾਲੇ ਵੀ ਲਾ ਰਹੇ ਨੇ ਇੰਡੀਗੋ ਦੀ ਵੀ ਐਡੀਸ਼ਨਲ ਫਲਾਈਟ ਗਈ ਹੈ ਉਹ ਲਾਈਆਂ ਨੇ ਉਹਨਾਂ ਨੇ ਸੋ ਰੋਜ਼ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਜੇਕਰ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਜਾਂ ਹੋਰ ਫਲਾਈਟਸ ਲੈਣੀਆਂ ਹਨ ਪਰ ਜ਼ਰੂਰ ਪਹਿਲਾਂ ਪਹਿਲਾਂ ਤੁਹਾਡਾ ਗੇਟ ਤੇ ਟਾਈਮ ਲੱਗੇਗਾ ਫਿਰ ਚੈੱਕ ਇਨ ਤੇ ਲਗੇਜ ਫੇਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਤੇ ਜਿਹੜਾ ਹੈ ਉਹ ਟਾਈਮ ਲੱਗਦਾ ਹੈ 3 ਤੋਂ 4 ਘੰਟੇ ਦਾ 3 ਘੰਟੇ ਦਾ ਟਾਈਮ ਜਿਨ੍ਹਾਂ ਨੇ ਸਾਨੂੰ ਵੀਡੀਓ ਭੇਜੀ ਹੈ ਇਟਲੀ ਦੀ ਫਲਾਈਟ ਸੀ ਉਹਨਾਂ ਦੀ ਨਵਦੀਪ ਸਿੰਘ ਜੀ ਉਹਨਾਂ ਨੇ ਭੇਜੀ ਹੈ ਧੰਨਵਾਦ ਹੈ ਉਹਨਾਂ ਦਾ ਤੇ ਜਿਹੜਾ ਟਾਈਮਿੰਗ ਹੈ ਉਹਨਾਂ ਨੂੰ ਤਕਰੀਬਨ 3 ਘੰਟੇ ਦਾ ਕੁੱਲ ਸਮਾਂ ਲੱਗਾ ਹੈ ਆਪਣੀ ਇੰਟਰਨੈਸ਼ਨਲ ਫਲਾਈਟ ਲਈ ਆਓ ਪਹਿਲਾਂ ਪਹੁੰਚੀਏ ਡੋਮੈਸਟਿਕ ਫਲਾਈਟਸ ਲਈ ਜਿਹੜਾ ਹੈ ਉਹ ਤੁਹਾਨੂੰ ਕਈਆਂ ਕੋਲ ਲਗੇਜ ਨਹੀਂ ਹੁੰਦਾ ਚੈੱਕ ਇਨ ਨਹੀਂ ਕਰਾਣਾ ਹੁੰਦਾ ਉਹ ਸਿੱਧਾ ਆਪਣੀ ਚੈੱਕ ਇਨ ਤੇ ਜਾ ਸਕਦੇ ਨੇ ਬਾਕੀ ਇਮੀਗ੍ਰੇਸ਼ਨ ਨਹੀਂ ਹੋਣੀ ਹੁੰਦੀ ਸੋ ਡੋਮੈਸਟਿਕ ਫਲਾਈਟਸ ਵਾਲੇ ਜਿਹੜੇ ਨੇ ਉਹ ਜ਼ਰੂਰ ਉਹ ਵੀ 3 ਘੰਟੇ ਪਹਿਲਾਂ ਜ਼ਰੂਰ ਆਣ ਜਿਆਦਾ देर ਪਹਿਲਾਂ ਆਓਗੇ ਜੇ ਲਾਈਨ ਚ ਲੱਗ ਵੀ ਜਾਓਗੇ 7 ਘੰਟੇ ਪਹਿਲਾਂ ਆ ਕੇ ਗੇਟ ਤੇ ਆਓਗੇ ਤੇ ਹੋ ਸਕਦਾ ਹੈ ਤੁਹਾਨੂੰ ਉਹ ਕਹਿਣ ਕਿ ਤੁਹਾਡੇ ਟਾਈਮ ਚ ਬਹੁਤ ਜ਼ਿਆਦਾ ਹਲੇ ਟਾਈਮ ਪਿਆ ਹੈ ਪਰ ਇਨਫ ਟਾਈਮ ਦੇ ਕੇ ਆਓ ਇਨਾ ਟਾਈਮ ਹੋਵੇ ਤਾਂ ਜੋ ਤੁਸੀਂ ਅੰਦਰ ਜਾ ਕੇ ਚੈੱਕ ਇਨ ਕਰ ਸਕੋ ਫਲਾਈ ਅੰਮ੍ਰਿਤਸਰ ਸੋਸ਼ਲ ਮੀਡੀਆ ਤੇ ਫੇਸਬੁਕ YouTube Instagram ਜੁੜੇ ਰਹੋ ਤੇ ਕੋਈ ਵੀ ਫੀਡਬੈਕ ਹੈ ਜ਼ਰੂਰ ਸਾਨੂੰ ਭੇਜੋ ਬਹੁਤ ਬਹੁਤ ਧੰਨਵਾਦ